ਰਾਜਪੁਰਾ ਦੇ ਸਰਕਾਰੀ ਹਸਪਤਾਲ 'ਚ ਕੁਝ ਲੋਕਾਂ ਦੇ ਵੱਲੋਂ ਪਿੰਡ ਤਖਤੂ ਮਾਜਰਾ ਦੇ ਕਾਂਗਰਸੀ ਸਰਪੰਚ ਤੇ ਉਸਦੇ ਬੇਟੇ ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਸੀ ਜਿਨ੍ਹਾਂ ਦਾ ਹਾਲ ਜਾਣਨ ਦੇ ਲਈ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ 'ਚ ਕਿ ਉਹ ਹਮਲਾਵਰਾਂ ਦੇ ਖਿਲਾਫ ਧਾਰਾ 307 ਦਾ ਕੇਸ ਦਰਜ ਕਰਵਾ ਕੇ ਔਰਤਾਂ ਸਮੇਤ ਉਹਨਾਂ ਨੂੰ ਘਰ ਤੋਂ ਚੁੱਕੇ ਜਾਣ ਦੀ ਗੱਲ ਆਖ ਰਹੇ ਨੇ ਮੋਬਾਈਲ ਵੀ ਲੈ ਗਈ ਸੋਹਣੇ ਨੇ ਜਨਾਨੇ ਵੀ ਚੱਕ ਲਿਆ ਬੰਦੇ ਠੀਕ ਹੈ ਜਾਨ ਲੈ ਕੇ 307 ਦਾ ਪਰਚਾ ਇਹਨੂੰ ਚੱਕ ਲਿਆ ਕਰ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਜਿੱਥੇ ਮਦਨ ਲਾਲ ਜਲਾਲ ਦੀ ਆਲੋਚਨਾ ਹੋ ਰਹੀ ਹੈ ਉੱਥੇ ਮਹਿਲਾ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਗੁਲਾਟੀ ਦੇ ਵੱਲੋਂ ਵੀ ਮਦਨ ਲਾਲ ਜਲਾਲ ਨੂੰ ਨੋਟਿਸ ਜਾਰੀ ਕਰਨ ਦੀ ਗੱਲ ਆਖੀ ਗਈ ਹੈ ਵਿਧਾਇਕ ਦੀ ਇਸ ਵੀਡੀਓ ਤੋਂ ਬਾਅਦ ਮਹਿਲਾ ਕਮਿਸ਼ਨ ਜਲਾਲ ਦੇ ਖਿਲਾਫ ਸਖਤ ਹੁੰਦਾ ਹੋਇਆ ਦਿਖਾਈ ਦੇ ਰਿਹਾ ਸਾਡੇ ਪੱਤਰਕਾਰ ਅੰਕੁਸ਼ ਮਹਾਜਨ ਦੇ ਵੱਲੋਂ ਮਹਿਲਾ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਗੁਲਾਟੀ ਦੇ ਨਾਲ ਗੱਲਬਾਤ ਕੀਤੀ ਗਈ ਤੁਸੀਂ ਵੀ ਸੁਣੋ ਗਨੌਰ ਤੋਂ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਦਾ ਵਿਵਾਦਿਤ ਬੋਲ ਇੱਕ ਵਾਰ ਫਿਰ ਉਹਦੇ ਲਈ ਮੁਸੀਬਤਾਂ ਖੜੀ ਕਰ ਸਕਦਾ ਹੈ ਕਿਉਂਕਿ ਜਿਸ ਤਰੀਕੇ ਦੇ ਉਹਨੇ ਬਿਆਨਬਾਜ਼ੀ ਕੀਤੀ ਹੈ ਉਸ 'ਤੇ ਹੁਣ ਕਾਫੀ ਇਤਰਾਜ਼ ਵੀ ਕੀਤਾ ਜਾ ਰਿਹਾ ਇਸੇ ਬਾਰੇ ਗੱਲ ਕਰਨ ਲਈ ਸਾਡੇ ਨਾਲ ਹੈਗੇ ਹੈ ਮਨੀਸ਼ਾ ਗੁਲਾਟੀ ਵਿਮੈਨ ਕਮਿਸ਼ਨ ਦੀ ਚੇਅਰਪਰਸਨ ਨਾਲ ਗੱਲ ਕਰਦੇ ਹਾਂ ਮਨੀਸ਼ਾ ਜੀ ਤੁਸੀਂ ਵੀਡੀਓ ਵੇਖਿਆ ਕਿ ਕਿਸ ਤਰੀਕੇ ਦੇ ਬੋਲ ਜਿਹੜੇ ਇੱਕ ਵਿਧਾਇਕ ਦੇ ਮੂੰਹ ਤੋਂ ਨਿਕਲ ਹਾਂਜੀ ਮੀਡੀਆ ਦੁਆਰਾ ਹੀ ਮੇਰੇ ਧਿਆਨ 'ਚ ਕੱਲ੍ਹ ਲੈ ਕੇ ਆਉਂਦਾ ਗਿਆ ਸ਼ਾਮ ਨੂੰ ਅੱਜ ਸਵੇਰੇ ਫਿਰ ਮੈਂ ਖੁਦ ਦੇਖਿਆ ਉਹਨਾਂ ਨੂੰ ਬੋਲਦੇ ਹੋਏ ਬਹੁਤ ਹੀ ਨਿੰਦਨੀ ਇਹ ਇੱਕ ਜਨਤਾ ਦੇ ਚੁਣੇ ਹੋਏ ਨੁਮਾਇੰਦੇ ਇੱਦਾਂ ਦਾ ਸਰੇਆਮ ਬਿਆਨਬਾਜ਼ੀ ਕਰਕੇ ਔਰਤਾਂ ਨੂੰ ਚੱਕ ਕੇ ਲਿਆਉਣ ਦੀ ਗੱਲ ਕਰ ਰਹੇ ਨੇ ਜੋ ਕਿ ਬਹੁਤ ਸ਼ਰਮਨਾਕ ਵਾਕਿਆ ਹੈ ਨਹੀਂ ਇੱਦਾਂ ਬੋਲਣਾ ਚਾਹੀਦਾ ਉਹਨਾਂ ਨੂੰ ਇੱਕ ਜ਼ਿੰਮੇਦਾਰ ਵਿਅਕਤੀ ਨੇ ਜਵਾਬਦੇਹੀ ਬੰਦੀ ਉਹਨਾਂ ਦੀ ਜਨਤਾ ਨੂੰ ਠੀਕ ਹੈ ਮੰਨੀ ਆ ਲੜਾਈ ਹੋਈ ਆ ਲੜਾਈ ਝਗੜਾ ਹੁੰਦਾ ਹੈ ਤੁਸੀਂ ਆਪਣੇ ਵਰਕਰਸ ਨੂੰ ਸਪੋਰਟ ਵੀ ਕਰੋ ਬਿਲਕੁਲ ਕਰਨਾ ਵੀ ਚਾਹੀਦਾ ਹੈ ਨਾਲ ਖੜੇ ਹੋਣਾ ਚਾਹੀਦਾ ਹੈ ਪਰ ਕਾਨੂੰਨ ਤਾਂ ਸਭ ਦੇ ਲਈ ਬਰਾਬਰ ਹੈ ਕਾਨੂੰਨ 'ਤੇ ਵਿਸ਼ਵਾਸ ਰੱਖੋ ਨਿਸ਼ਪਕਸ਼ ਜਾਂਚ ਕਰਾਓ ਵਿੱਚੇ ਸੁਲਾ ਸਫਾਈ ਕਰਾਓ ਇਹ ਕੀ ਹੋਇਆ ਕਿ ਸਰੇ ਆਮ ਤੁਸੀਂ ਖੜੇ ਹੋ ਕੇ ਧਮਕੀਆਂ ਦੇ ਰਹੇ ਹੋ ਕਿ ਜਨਾਨੀਆਂ ਚੁੱਕ ਲਿਓ ਨੋ ਇਹ ਬਹੁਤ ਹੀ ਗਲਤ ਉਹਨਾਂ ਨੇ ਕੀਤਾ ਸਾਡੀ ਕਲਮ ਬੋਲੇਗੀ ਜਵਾਬਦੇਹੀ ਉਹਨਾਂ ਤੋਂ ਮੰਗੀ ਜਾਏਗੀ ਅੱਜ ਹੀ ਨੋਟਿਸ ਉਹ ਇਸ਼ੂ ਕਰ ਦਿੱਤਾ ਜਾਏਗਾ ਮਦਨ ਲਾਲ ਜੀ ਨੂੰ ਔਰ ਉਹ ਜਵਾਬ ਦੇਣਗੇ ਕਿ ਇੱਦਾਂ ਦਾ ਵਾਕਿਆ ਕਿਉਂ ਉਹਨਾਂ ਨੇ ਬੋਲੇ ਜਿਸ ਤਰੀਕੇ ਦੀ ਸ਼ਬਦਾਵਲੀ ਉਹਨਾਂ ਨੇ ਵਰਤੀ ਹੈ ਇੱਕ ਚੁਣਿਆ ਹੋਏ ਨੁਮਾਇੰਦੇ ਵੱਲੋਂ ਅਗਰ ਇਸ ਤਰੀਕੇ ਦੀ ਹੋਣਾ ਤਾਂ ਕੋਈ ਕਾਰਵਾਈ ਉਹਨਾਂ ਦੇ ਖਿਲਾਫ ਬਣਦੀ ਹੈ ਕਿਸ ਤਰੀਕੇ ਦੀ ਕਾਰਵਾਈ ਅਗਰ ਬਣਦੀ ਹੈ ਤਾਂ ਕਿਸ ਤਰੀਕੇ ਦੀ ਕਾਰਵਾਈ ਦੇਖੋ ਅੱਜ ਹੀ ਹੁਣ ਨੋਟਿਸ ਮੈਂ ਇਹਦੇ ਲਈ ਆਈ ਹਾਂ ਕਿ ਅੱਜ ਆਫਿਸ ਕਿ ਅੱਜ ਹੀ ਉਹਨਾਂ ਨੂੰ ਨੋਟਿਸ ਇਸ਼ੂ ਕਰ ਦਿੱਤਾ ਜਾਏਗਾ ਕਿ ਜਵਾਬਦੇਹੀ ਮੰਗੀ ਜਾਏਗੀ ਕਿ ਇੱਦਾਂ ਦੇ ਸ਼ਬਦਾਂ ਦਾ ਇਸਤੇਮਾਲ ਉਹਨਾਂ ਨੇ ਕਿਉਂ ਕੀਤਾ ਠੀਕ ਹੈ MLA ਨੇ ਵਰਕਰਾਂ ਦੇ ਨਾਲ ਖੜੇ ਹੋਏ ਨੇ ਝਗੜਾ ਹੋਇਆ ਆਪਣੇ ਵਰਕਰਸ ਨੂੰ ਸਪੋਰਟ ਕਰ ਰਹੇ ਨੇ ਪਰ ਉਹਦਾ ਇਹ ਮਤਲਬ ਨਹੀਂ ਕਿ ਸਰੇਆਮ ਤੁਸੀਂ ਔਰਤਾਂ ਨੂੰ ਧਮਕੀਆਂ ਦਿਓਗੇ ਕਿ ਉਹ ਜਨਾਨੀਆਂ ਚੁੱਕ ਲਿਆਓ ਇਹ ਇੰਡੀਆ ਹੈ ਇੱਥੇ ਇੰਡੀਆ ਸਾਡੇ ਹਾਲੇ ਕਾਨੂੰਨ ਇੰਨਾ ਅੰਨਾ ਨਹੀਂ ਹੋਇਆ ਕਿ ਤੁਸੀਂ ਇੱਦਾਂ ਸਰੇਆਮ ਇੱਦਾਂ ਦੇ ਸ਼ਬਦ ਇਸਤੇਮਾਲ ਕਰੋਗੇ ਬਹੁਤ ਗਲਤ ਹੈ ਜਵਾਬਦੇਹੀ ਨੋਟਿਸ ਇਸ਼ੂ ਕਰ ਦਿੱਤਾ ਜਾਏਗਾ ਹੁਣੇ ਅਤੇ ਇਹਦੀ ਜਵਾਬਦੇਹੀ ਮਦਨ ਲਾਲ ਜੀ ਨੂੰ ਕਮਿਸ਼ਨ ਨੂੰ ਜਵਾਬ ਦੇਣਾ ਪਏਗਾ ਕੋਈ ਟਾਈਮ ਫਰੇਮ ਹੋਏਗਾ ਮੈਮ ਕਿ ਕਿਸੇ ਟਾਈਮ ਫਰੇਮ ਦੇ ਵਿੱਚ ਉਹਨਾਂ ਨੂੰ ਆਪਣਾ ਜਵਾਬ ਦੇਣਾ ਬਿਲਕੁਲ ਇੱਕ ਹਫ਼ਤੇ ਦੇ ਅੰਦਰ ਸਾਨੂੰ ਜਵਾਬ ਦੇਣਾ ਪਏਗਾ ਅਵਲ ਤੇ 2-3 ਦਿਨ ਵਿੱਚ ਹੀ ਆਪਾਂ ਲਿਖਾਂਗੇ ਕਿ 3 ਦਿਨ ਦੇ ਅੰਦਰ ਸਾਨੂੰ ਜਵਾਬ ਦੇਣ ਤੇ ਪਰਸਨਲੀ ਉਹਨਾਂ ਨੂੰ ਆ ਕੇ ਇੱਥੇ ਜਵਾਬ ਦੇਣਾ ਪਏਗਾ ਕਿ ਰਿਟਨ ਚ ਵੀ ਭੇਜੇ ਦੇਖੋ ਹਾਲੇ ਤੇ ਨੋਟਿਸ ਇਸ਼ੂ ਕੀਤਾ ਜਾਏਗਾ ਕੀ ਕਰਦੇ ਨੇ ਸਾਡੀ ਲੋਕ ਅਦਾਲਤ ਹੈ December 1st week 'ਚ ਅਤੇ ਅੱਜ ਨੋਟਿਸ ਇਸ਼ੂ ਕਰ ਦਿੱਤਾ ਜਾਏਗਾ ਉਹਨੂੰ ਦੇਖਣਗੇ ਕਿ ਕਿਸ ਤਰ੍ਹਾਂ ਉਹ ਜਵਾਬ ਆਪਣਾ ਕਿਸ ਤਰ੍ਹਾਂ ਦਿੰਦੇ ਨੇ ਖੁਦ ਆਉਂਦੇ ਨੇ ਸਾਡੇ ਵੱਲੋਂ ਤਾਂ ਉਹਨਾਂ ਨੂੰ ਖੁਦ ਹੀ ਬੁਲਾਇਆ ਜਾਏਗਾ ਕਿ ਜਵਾਬ ਦੇਣ ਆ ਕੇ ਕਮਿਸ਼ਨ ਧੰਨਵਾਦ ਬਿਲਕੁਲ ਇਹ ਸੀਗੇ ਮਨੀਸ਼ਾ ਗੁਲਾਟੀ ਜੀ ਜਿਨ੍ਹਾਂ ਨੇ ਸਾਫ਼ ਕਿਹਾ ਕਿ ਮਦਨ ਲਾਲ ਜਲਾਲਪੁਰ ਤੋਂ ਜਵਾਬ ਮੰਗਿਆ ਜਾ ਰਿਹਾ ਸੂਮੋਟੋ ਐਕਸ਼ਨ ਲਿੱਤਾ ਜਾ ਰਿਹਾ ਕਿਉਂਕਿ ਇਹ ਜਿਸ ਤਰੀਕੇ ਦੀ ਇਹ ਵੀਡੀਓ ਜਿਹੜਾ ਉਹਨਾਂ ਦਾ ਹੈਗਾ ਜਿਹੜਾ ਸਾਹਮਣੇ ਆਇਆ ਮੀਡੀਆ ਦੇ ਵਿੱਚ ਲਗਾਤਾਰ ਦਿਖਾਇਆ ਵੀ ਜਾ ਰਿਹਾ ਉਸ ਨੂੰ ਲੈ ਕੇ ਹੁਣ ਕਮਿਸ਼ਨ ਵੱਲੋਂ ਖੁਦ ਸੂਮੋਟੋ ਲੈ ਕੇ ਜਿਹੜਾ ਮਦਨ ਲਾਲ ਜਲਾਲਪੁਰ ਤੋਂ ਜਵਾਬ ਮੰਗਿਆ ਜਾ ਰਿਹਾ ਅਤੇ ਇੱਕ ਹਫ਼ਤੇ ਦੇ ਵਿੱਚ ਉਹਨਾਂ ਤੋਂ ਜਵਾਬ ਲਿੱਤਾ ਜਾਏਗਾ ਅਗਰ ਜਵਾਬ ਤੋਂ ਕਮਿਸ਼ਨ ਸੰਤੁਸ਼ਟ ਨਾ ਹੋਇਆ ਤਾਂ ਉਹਨਾਂ ਦੇ ਖਿਲਾਫ਼ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਪ੍ਰਵੀਨ ਪਾਂਡੇ ਦੇ ਨਾਲ ਅੰਕੁਸ਼ ਮਹਾਜਨ ਦੈਨਿਕ ਸਵੇਰਾ TV